ਸਰ ਤੁਹਾਡਾ ਨਾਮ ਕੀ ਹੈ ਜਗਜੀਤ ਸਿੰਘ ਸਰ ਕਿੱਥੋਂ ਆਏ ਤੁਸੀਂ ਮਾਰਗੜ ਤੋਂ ਸਾਡੇ ਹਸਪਤਾਲ ਦਾ ਤੁਹਾਨੂੰ ਕਿਸ ਤਰ੍ਹਾਂ ਦਾ ਪਤਾ ਲੱਗਿਆ ਮੈਡਮ ਅੱਜ ਤੇ ਸਾਲ ਡੇਢ ਸਾਲ ਪਹਿਲਾਂ ਨਾ ਸਾਡੇ ਇੱਕ ਭਤੀਜਾ ਜਨਮ ਲਈ ਦੋਸਤ ਦਾ ਹੁੰਦਾ ਹਾਂਜੀ ਉਹਨਾਂ ਨੂੰ ਪ੍ਰੋਬਲਮ ਆ ਗਈ ਸੀ ਕਾਹਦੀ ਪ੍ਰੋਬਲਮ ਆ ਗਈ ਸੀ ਉਹਨਾਂ ਨੂੰ ਆਹੀ ਬਵਾਸੀਰ ਦੀ ਮਤਲਬ ਉਹਨਾਂ ਦਾ ਕੀ ਦੂਜੀ ਪਤਾ ਨਹੀਂ ਕੀ ਕਹਿੰਦੇ ਹੁੰਦੇ ਤੁਸੀਂ ਕੀ ਹੋ ਬਗੰਦਰ ਹਾਂਜੀ ਅੱਛਾ ਜੀ ਉਹਨਾਂ ਨੂੰ ਇਹ ਪ੍ਰੋਬਲਮ ਆ ਗਈ ਸੀ ਪਹਿਲਾਂ ਉਹ ਆਪਣਾ ਕਮਾਣ ਹੋ ਗਏ ਫਿਰ ਆਦਾ ਬਹੁਤ ਰੁਕੜ ਗਏ ਉਹਨਾਂ ਨੂੰ ਪਤਾ ਲੱਗਿਆ ਵੀ ਉੱਥੇ ਜਾਓ ਤੁਸੀਂ ਸਰਾਂ ਅੱਛਾ ਜੀ ਵੀ ਉੱਥੇ ਇਹਦਾ ਇਲਾਜ ਵਧੀਆ ਫਿਰ ਉਹ ਰਿਹਾ ਹੀ ਹੋ ਰਿਹਾ ਕਿ ਉਹਨਾਂ ਨੇ ਆਪਰੇਸ਼ਨ ਕਰਾਇਆ ਮੈਨੂੰ ਅੱਛਾ ਜੀ ਫਿਰ ਉਹ ਬਿਲਕੁਲ ਸਹੀ ਹੋ ਗਏ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਮੈਂ ਉਹਨਾਂ ਨੂੰ ਵੀ ਦੱਸਿਆ ਮੈਨੂੰ ਇਦਾਂ ਥੋੜੀ ਦਿੱਕਤ ਆ ਗਈ ਉਹ ਕਹਿੰਦਾ ਕਿ ਆਪਾਂ ਅੰਕਲ ਜੀ ਕਿਸੇ ਪਾਸੇ ਨਹੀਂ ਜਾਣਾ ਹੈਗਾ ਵੀ ਮੈਂ ਆਪਰੇਸ਼ਨ ਕਰਾਇਆ ਮੈਂ ਬਿਲਕੁਲ ਸਹੀ ਹਾਂ ਵੈਸੇ ਹੀ ਮੇਰਾ ਉਹਨਾਂ ਨੂੰ ਭਤੀਜਾ ਲੈ ਕੇ ਉਹ ਰਿਹਾ ਆ ਰਿਹਾ ਉਹ ਵੀ ਉਹਨਾਂ ਨੇ ਮੈਨੂੰ ਕਿਹਾ ਡੈਡੀ ਉੱਥੇ ਚਲੇ ਜਾਓ ਉੱਥੇ ਕੇਅਰ ਵਧੀਆ ਤੁਸੀਂ ਉੱਥੇ ਜਾ ਕੇ ਆਪਰੇਸ਼ਨ ਕਰਾ ਲਓ ਤੇ ਹੁਣ ਤੁਸੀਂ ਤੁਹਾਡਾ ਹੁਣ ਆਪਰੇਸ਼ਨ ਹੋਇਆ ਹਾਂਜੀ ਮੈਡਮ ਹੁਣ ਤੁਸੀਂ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਮੈਨੂੰ ਬਿਲਕੁਲ ਸਹੀ ਹੈ ਮੈਨੂੰ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਕੋਈ ਦਰਦ ਵਗੈਰਾ ਨਹੀਂ ਨਹੀਂ ਮੈਡਮ ਮੈਨੂੰ ਕੋਈ ਦਰਦ ਵਗੈਰਾ ਨਹੀਂ ਤੇ ਜਿਵੇਂ ਹੁਣ ਕਰੋਨਾ ਦਾ ਟਾਈਮ ਚੱਲ ਰਿਹਾ ਹੈ ਜੀ ਮੈਡਮ ਤੇ ਹੁਣ ਤੁਹਾਨੂੰ ਉਸ ਤਰ੍ਹਾਂ ਦਾ ਮੂਰੇ ਸਾਡੇ ਹਸਪੀਟਲ ਚ ਆ ਕੇ ਕਿਸ ਤਰ੍ਹਾਂ ਦਾ ਮਿਲਿਆ ਕਰੋਨਾ ਦੇ ਟਾਈਮ ਤੇ ਮੈਡਮ ਦੇਖੋ ਮੈਂ ਪਹਿਲਾਂ ਨਾ ਜਿਹੜੇ 2-3 ਮਹੀਨੇ ਕੱਢੇ ਜੀ ਹਾਂਜੀ ਮੈਂ ਇਸੇ ਡਰ ਦੇ ਮਾਰੇ ਨੇ ਕੱਢੇ ਵੀ ਯਾਰ ਮੈਂ ਉੱਥੇ ਕਰੋਨਾ ਦੇ ਕੋਈ ਨਾ ਕੋਈ ਮਰੀਜ਼ ਹੁੰਦਾ ਹੈ ਵੀ ਮੈਨੂੰ ਡਰ ਜਿਆ ਸੀਗਾ ਮੈਡਮ ਆਪਣੇ ਮਨ ਦੇ ਵਿੱਚ ਪਰ ਉਹ ਮੈਨੂੰ ਪੁੱਛੀ ਜਾ ਕੇ ਨਾ ਉੱਥੇ ਇਦਾਂ ਦਾ ਕੋਈ ਚੱਕਰ ਨਹੀਂਗਾ ਵੀ ਉਹਨਾਂ ਇਦਾਂ ਦਾ ਮਰੀਜ਼ ਨਹੀਂ ਲੈਂਦੇ ਉਹ ਵੀ ਜਿਹੜੇ ਨੂੰ ਕੋਈ ਖਾਂਸੀ ਜ਼ੁਕਾਮ ਜਾਂ ਕੋਈ ਆਪਣੇ ਲੱਛਣ ਲੱਗੂਗਾ ਵੀ ਅੰਕਲ ਜੀ ਤੁਸੀਂ ਚਲੋ ਉੱਥੇ ਵੀ ਕੋਈ ਚੱਕਰ ਨਹੀਂ ਹੈਗਾ ਕੋਈ ਟੈਨਸ਼ਨ ਵਾਲੀ ਗੱਲ ਬਟ ਉਹ ਰਿਹਾ ਵੀ ਕੋਈ ਮੈਨੂੰ ਦੇਖਿਆ ਵੀ ਕੋਈ ਮਰੀਜ਼ ਇਹਦਾ ਹੈ ਨਹੀਂ ਸੀਗਾ ਵੀ ਜਿਹੜੇ ਨੂੰ ਬੰਦਾ ਕੋਈ ਸਾਹ ਜਾਂ ਕੋਈ ਪ੍ਰੋਬਲਮ ਸਰ ਤੁਹਾਨੂੰ ਕਰੋਨਾ ਦਾ ਮਾਹੌਲ ਲੈ ਕੇ ਉਹਦੇ ਦਾ ਵਾਤਾਵਰਣ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੈਡਮ ਬਿਲਕੁਲ ਮੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਸਹੀ ਆ ਰਹੀ ਬਿਲਕੁਲ ਪਹਿਲਾਂ ਮੈਂ ਵੀ ਇਸ ਗੱਲ ਤੇ ਡਰਦਾ ਸੀਗਾ ਵੀ ਹੁਣ ਕਰੋਨਾ ਦੇ ਵਿੱਚ ਵੀ ਮੈਂ ਹਜੇ ਬਹੁਤ ਟਾਈਮ ਕੱਢ ਲਵਾਂ ਮੈਂ ਤਕਲੀਫ ਵੀ ਕੱਟਦਾ ਰਿਹਾ ਪਰ ਉਹਦੇ ਆ ਕੇ ਜਦੋਂ ਸਾਰਾ ਕੁਝ ਸਹੀ ਲੱਗਿਆ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਤਾਂ ਕਿਸੇ ਹੋਰ ਵੀ ਭਰਾ ਨੂੰ ਵੀ ਜੇ ਕੋਈ ਡਰਦਾ ਤਾਂ ਉਹਦੇ ਡਰ ਦਾ ਕੋਈ ਚੱਕਰ ਨਹੀਂ ਹੈਗਾ ਉਹਦੇ ਬਿਲਕੁਲ ਸਾਫ਼ ਸਫਾਈ ਪੂਰੀ ਆ ਕੋਈ ਉਹ ਜਿਹਾ ਦਿੱਕਤ ਵਾਲੀ ਗੱਲ ਨਹੀਂ ਹੈਗੀ ਮੈਂ ਕਹਿੰਦਾ ਵੀ ਜੇ ਵੀਰ ਨੂੰ ਹੈਗੀ ਆ Rana Hospital, Sarhan, Punjab. Come with piles, go with smiles.